ਗੱਡੀ ਸਮੇਤ ਜੀ ਕੀ ਮਾਮਲਾ ਸਰ? ਅੱਜ ਸ਼ਾਮ ਨੂੰ ਹੱਟ ਕੇ 5 ਵਜੇ ਅਸੀਂ ਗੈਸਟ ਜਾ ਰਹੇ ਸੀ ਅਤੇ ਸਾਨੂੰ ਮੁੱਖ ਕਾਰਨ ਸਲਾਹ ਦਿੱਤੀ ਕਿ ਗੱਡੀ ਖੜ੍ਹੀ ਆ ਅਸੀਂ ਭਗਤ ਸਿੰਘ ਨਗਰ ਗਲੀ ਦੇ ਵਿੱਚ 2 ਦਿਨ ਤੋਂ ਪੈਂਟਰ ਸੀਗਾ ਅਤੇ ਜਿਸ ਵਿੱਚ ਲੱਗਦੀ ਕੋਈ ਨਜਾਇਜ਼ ਚੀਜ਼ ਹੈਗੀ ਆ ਇਹਨੂੰ ਕੋਈ ਲੈਣ ਨਹੀਂ ਆਇਆ ਅਤੇ ਇਹਨੂੰ ਮੀਤੀ ਨਾਂ ਦੇ ਸਾਗਰ ਅਤੇ ਕਿਰਪਾਲ ਸਿੰਘ ਇਹ ਛੱਡ ਕੇ ਗਏ ਮੁੜ ਕੇ ਲੈਣ ਨਹੀਂ ਆਏ ਅਤੇ ਇਹਦੇ ਬਾਰੇ ਪਤਾ ਕੀਤਾ ਜਾਵੇ ਅਤੇ ਵਿੱਚ ਹੋ ਸਕਦਾ ਮੈਨੂੰ ਸ਼ਰਾਬ ਦੀ ਸ਼ੱਕ ਇਹਨਾਂ ਅਤੇ ਜਿਨ੍ਹਾਂ 'ਤੇ ਮੈਂ ਸ਼ਰਾਬ ਫੋਨ ਕਰਨ ਸ਼ੱਕ ਫੋਨ ਕਰਨੀ ਮੈਂ ਆਪਣੇ ਐਕਸਾਈਜ਼ ਇੰਸਪੈਕਟਰ ਨਾਲ ਕਨੈਕਟ ਕੀਤਾ ਉਹ ਮੌਕਾ 'ਤੇ ਆਪਣੇ ਫੋਰਸ ਲੈ ਕੇ ਪਹੁੰਚੇ ਅਸੀਂ ਜੁਆਇੰਟ ਰੈਡ ਕੀਤਾ ਜਦੋਂ ਚੈੱਕ ਕੀਤੀ ਜਾ ਕੇ ਤਾਂ ਜਿਹਦੇ ਵਿੱਚ 150 ਪੇਟੀ ਚੰਡੀਗੜ੍ਹ ਮਾਰਕ ਨੈਣਾ ਮਿਲੀ ਹੈ ਇਹ ਘਰ ਦਾ ਘਰੇਲੂ ਸਮਾਨ ਫਰਨੀਚਰ ਜਾਣੀ ਕਿ ਇਹਨਾਂ ਨੇ ਸ਼ਰਾਬ ਦੀ ਸਮਗਲਿੰਗ ਵਾਸਤੇ ਇੱਕ ਬਹਾਨਾ ਬਣਾਇਆ ਸੀ ਵਿੱਚ ਅਲਮਾਰੀ ਪੇਟੀ ਅਤੇ ਬੈੱਡ ਉਹ ਉਹਨਾਂ ਵਿੱਚ ਪਾ ਕੇ ਥੱਲੇ ਰੱਖੀ ਹੋਈ ਸੀ ਅਤੇ ਉਹ ਮੌਕੇ 'ਤੇ ਕਾਬੂ ਕਰ ਲਿਆ ਵਿਭਾਗ ਵੱਲੋਂ ਕੀ ਕਾਰਵਾਈ ਹੈ ਜੀ? ਹਾਂਜੀ ਵਿਭਾਗ ਵੱਲੋਂ ਕੀ ਕਾਰਵਾਈ? ਵਿਭਾਗ ਨੂੰ ਪਰਚਾ ਦਰਜ ਕਰ ਲਿਆ ਦੋਸ਼ੀ ਅਜੇ ਮਿਲੇ ਨਹੀਂ ਦੋਸ਼ੀਆਂ ਦੀ ਭਾਲ ਜਾਰੀ ਹੈ ਜਲਦੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਹੋ ਜਾਵੇ।